ਸਟੇਜ ਤੇ ਪਏ ਆ ਉੱਪਰ ਸਟੇਜ ਦੇ ਉੱਪਰ ਖੜੇ ਆ ਤੇ ਇੱਕਦਮ ਅੱਗ ਲੱਗ ਗਈ ਆ ਬਸ ਰਾਵਣ ਦੇ ਪੁਤਲੇ ਨੂੰ ਲੱਗ ਗਈ ਆ ਚੀਫ ਗੈਸਟ ਨੇ ਲੇਟ ਆਉਣਾ ਸੀ ਥੋੜ੍ਹਾ ਜਿਹਾ ਰਮਨ ਬੈਲ ਹੋ ਕੇ ਚਲਾ ਗਿਆ ਵਾ ਉਸ ਤੋਂ ਬਾਅਦ ਉਹਨੇ ਆਉਣਾ ਸੀ ਹੁਣ ਤੇ ਉਸ ਤੋਂ ਬਾਅਦ ਅੱਗ ਲਾ ਦਿੱਤੀ ਗਈ ਸ਼ਰਾਰਤ ਲੱਗਦੀ ਹੈ ਕਿੱਦਾਂ ਇਹ ਸ਼ਰਾਰਤੀ ਆ ਹੋਰ ਕੀ ਆ ਸ਼ਰਾਰਤ ਕੀ ਸ਼ਰਾਰਤ ਜੋ ਵੀ ਹੋਇਆ ਸ਼ਰਾਰਤ ਹੋਈ ਆ ਇੱਕ ਹਿੰਦੂਆਂ ਦੇ ਧਰਮ ਦੇ ਨਾਲ ਇਹ ਖਿਲਵਾੜ ਹੋਇਆ ਬੜਾ ਵੱਡਾ ਇਹ ਕੰਮ ਨਹੀਂ ਹੋਣਾ ਚਾਹੀਦਾ ਜਿਹੜਾ ਕੰਮ ਇਹ ਅੱਜ ਹੋਇਆ ਵਾ ਇੱਕ ਸਿਆਸਤ ਦੇ ਚੱਕਰ ਦੇ ਵਿੱਚ ਇਹ ਕੰਮ ਹੋਇਆ ਹਾਂਜੀ ਇਹ ਰਾਵਣ ਦੇ ਪੁੱਤ ਨੂੰ ਅੱਗ ਲਾਈ ਗਈ ਅਸੀਂ ਸਟੇਜ 'ਤੇ ਬੈਠੇ ਸੂਰੇ ਢਲਣ ਤੋਂ ਬਾਅਦ ਲੱਗਣੀ ਚਾਹੀਦੀ ਹੈ ਪਹਿਲਾਂ ਹੀ ਲੱਗੀ ਹਾਲੇ ਸਾਡਾ ਚੀਫ ਗੈਸਟ ਨਹੀਂ ਆਇਆ ਲੋਕਲ MLA ਨਹੀਂ ਆਇਆ ਅਸੀਂ ਉਹਨੂੰ ਉਡੀਕਦੇ ਹਾਂ ਹਾਲੇ ਦੁਨੀਆ ਨਹੀਂ ਇਕੱਠੀ ਹੋਈ ਤੁਹਾਡੇ ਸਾਹਮਣੇ ਦੋ ਮਿੰਟ 'ਚ ਅੱਗ ਲੱਗ ਗਈ ਆ ਸਟੇਜ ਤੋਂ ਦੌੜੇ ਹਾਂ ਅੱਗ ਲਾਤੀ ਆ ਸਾਡੇ ਹਿੰਦੂਆਂ ਦੇ ਧਰਮ ਦੇ ਨਾਲ ਆ ਸਭ ਤੋਂ ਵੱਡਾ ਖਿਲਵਾੜ ਹੋਇਆ ਜਿਹੜਾ ਕੰਮ ਨਹੀਂ ਹੋਣਾ ਚਾਹੀਦਾ ਜਿਹੜਾ ਖਿਲਵਾੜ ਕੀਤਾ ਗਿਆ ਇਹਦਾ ਜ਼ਿੰਮੇਵਾਰ ਪੁਲਿਸ ਪ੍ਰਸ਼ਾਸਨ ਕਿਉਂਕਿ ਪੁਲਿਸ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਆ ਇਹ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਆ ਪੁਲਿਸ ਪ੍ਰਸ਼ਾਸਨ ਨੇ ਕੀਤਾ ਜੋ ਵੀ ਪਤਾ ਨਹੀਂ ਹੁਣ ਚੰਨ ਕਿਹਦੇ ਬਾਰੇ ਪਤਾ ਕਰ ਰਹੇ ਹਾਂ ਕਿ ਕਹਿੰਦੇ ਧੂਫ ਲਾਇਆ ਸੀਗਾ ਕਿਸੇ ਨੇ ਹੋ ਸਕਦਾ ਧੂਫ ਤੋਂ ਜਾਂ ਅਗਰਬੱਤੀ ਤੋਂ ਹੋ ਗਈ ਹੋਵੇ ਇਹ ਕਲੀਅਰ ਕਰਦੇ ਹਾਂ ਹਾਂਜੀ ਹਾਂਜੀ ਸ਼ਰਾਰਤ ਕਰਕੇ ਗਿਆ ਚੀਫ ਨਹੀਂ ਨਹੀਂ ਕੋਈ ਸ਼ਰਾਰਤ ਅਸੀਂ ਬੈਰੀਕੇਡਿੰਗ ਕੀਤੀ ਆ ਕੋਈ ਦੌੜੇ ਨਹੀਂ ਬੈਰੀਕੇਡਿੰਗ ਬੰਦਾ ਬੰਦੇ ਮੱਥਾ ਇਹ ਆ ਵੀ ਕਹਿਣ ਡਿਆ ਮੱਥਾ ਟੇਕਣ ਦਿਓ ਅਸੀਂ ਤਾਂ ਕਿਹਾ ਨਾ ਆਉਂਦੇ ਹੋ ਕਿਸੇ ਨੂੰ ਪ੍ਰਧਾਨ ਨੇ ਕਿਹਾ ਵੀ ਆਉਂਦੇ ਹੋ ਮੱਥਾ ਟੇਕਣ ਦਿਓ ਫਿਰ ਅਸੀਂ ਕੀ ਹਾਂਜੀ ਇਹ ਰਾਵਣ ਦਾ ਹੀ ਮੇਰਾ